ਪਿੰਡ ਠੱਕਰਵਾਲਾ ਦੇ ਨੇੜੇ ਆਪਦੇ ਨੌਜਵਾਨ ਲੀਡਰ ਦਾ ਗੋਲੀਆਂ ਮਾਰ ਕੇ ਕਤਲ। ਸਰਪੰਚੀ ਦੇ ਜੇਤੂ ਜਲੂਸ ਦੇ ਦੌਰਾਨ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ। ਪਿੰਡ ਮੋਹਰ ਸਿੰਘ ਵਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਰਾਜਵਿੰਦਰ ਸਿੰਘ। ਸੀਐਮ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ ਸਰਬਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ। ਸੀਐਮ ਨੇ ਦੋ ਦਿਨ ਪਹਿਲਾਂ ਹੀ ਪਿੰਡ ਪਹੁੰਚ ਕੇ ਕੀਤੀ ਸੀ ਅਪੀਲ। ਉਮੀਦਵਾਰਾਂ ਨੇ ਵਾਪਸ ਲੈ ਲਈ ਸੀ ਨਾਮਜ਼ਦਗੀ। ਕੱਲ੍ਹ ਤੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸ਼ੁਰੂ ਹੋਵੇਗੀ ਝੋਨੇ ਦੀ ਖਰੀਦ। ਆੜ੍ਹਤੀਆਂ ਨੇ ਸੀਐਮ ਮਾਨ ਦੇ ਨਾਲ ਮੀਟਿੰਗ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ। ਸੀਐਮ ਮਾਨ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ। ਲੁਧਿਆਣਾ 'ਚ ਆਪ ਸਾਂਸਦ ਸੰਜੀਵ ਅਰੋੜਾ ਦੇ ਟਿਕਾਣਿਆਂ 'ਤੇ ਈਡੀ ਨੇ ਕੀਤੀ ਰੇਡ। ਅਰੋੜਾ 'ਤੇ ਧੋਖਾਧੜੀ ਦੇ ਨਾਲ ਕਰੋੜਾਂ ਦੀ ਜ਼ਮੀਨ ਹੜੱਪਣ ਦੇ ਇਲਜ਼ਾਮ। ਪੰਜਾਬ ਭਰ ਦੇ ਵਿਸਤਾਰਾਂ ਥਾਵਾਂ 'ਤੇ ਹੋਈ ਛਾਪੇਮਾਰੀ। ਈਡੀ ਦੀ ਰੇਡ ਨੂੰ ਲੈ ਕੇ ਕੇਜਰੀਵਾਲ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ। ਬੋਲੇ, ਈਡੀ ਦੀ ਰੇਡ ਸਿਰਫ ਬਦਲੇ ਦੀ ਕਾਰਵਾਈ, ਇੱਕ ਪਾਰਟੀ ਨੂੰ ਖਤਮ ਕਰਨ ਦੇ ਲਈ ਪੂਰੀ ਤਾਕਤ ਲਗਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ। ਸੀਐਮ ਫੇਸ 'ਤੇ ਹਰਿਆਣਾ ਦੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਵੱਡਾ ਬਿਆਨ। ਬੋਲੇ, ਮੈਂ ਨਾ ਤਾਂ ਡਾਇਡ ਨਾ ਹੀ ਰਿਟਾਇਰਡ ਹਾਂ, ਪਰ ਹਾਈਕਮਾਨ ਕਰੇਗੀ ਅੰਤਿਮ ਫੈਸਲਾ। ਮੋਗਾ ਪੁਲਿਸ ਵੱਲੋਂ ਹਥਿਆਰ ਤਸਕਰੀ ਗਿਰੋਹ ਦਾ ਪਰਦਾਫਾਸ਼, ਨਾਜਾਇਜ਼ ਅਸਲੇ ਸਣੇ 7 ਮੁਲਜ਼ਮ ਗ੍ਰਿਫਤਾਰ। ਵਿਦੇਸ਼ ਤੋਂ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਜੱਗਾ ਧੂਲਕੋਟ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ, ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਮੁੜ ਤੋਂ ਰੁਕ ਕਰਾਂਗੇ ਪੱਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ, ਜਿੱਥੇ ਕਿ ਨੌਜਵਾਨ ਆਪ ਲੀਡਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿੰਡ ਤਲਵੰਡੀ ਮੋਹਰ ਸਿੰਘ ਦੇ ਰਾਜਵਿੰਦਰ ਸਿੰਘ ਦਾ ਕਤਲ ਕੀਤਾ ਗਿਆ। ਅਣਪਛਾਤਿਆਂ ਨੇ ਰਾਜਵਿੰਦਰ ਸਿੰਘ 'ਤੇ ਹਮਲਾ ਕੀਤਾ। ਪਿੰਡ ਠੱਕਰਪੁਰਾ ਦੇ ਨੇੜੇ ਘੇਰ ਕੇ ਰਾਜਵਿੰਦਰ 'ਤੇ ਗੋਲੀਆਂ ਚਲਾਈਆਂ ਗਈਆਂ। ਉਸ ਦੇ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਰਾਜਵਿੰਦਰ ਨੇ ਦਮ ਤੋੜ ਦਿੱਤਾ। ਹੱਥ ਮਿਲਾਉਣ ਦੇ ਬਹਾਨੇ ਰਾਜਵਿੰਦਰ ਸਿੰਘ 'ਤੇ ਹਮਲਾ ਕੀਤਾ ਗਿਆ। ਇਹ ਵੀ ਵੱਡਾ ਖੁਲਾਸਾ ਹੋਇਆ ਕਿ ਹੱਥ ਮਿਲਾਉਣ ਦੇ ਬਹਾਨੇ ਰਾਜਵਿੰਦਰ ਸਿੰਘ 'ਤੇ ਹਮਲਾ ਕੀਤਾ ਗਿਆ। ਬਿਲਕੁਲ ਨੇੜੇ ਤੋਂ ਰਾਜਵਿੰਦਰ ਦੀ ਛਾਤੀ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ। ਸਰਪੰਚੀ ਨੂੰ ਲੈ ਕੇ ਕੱਢੇ ਜਾ ਰਹੇ ਜੇਤੂ ਜਲੂਸ ਦੇ ਵਿੱਚ ਰਾਜਵਿੰਦਰ ਸ਼ਾਮਲ ਸੀਗਾ, ਅਤੇ ਹੱਥ ਮਿਲਾਉਣ ਦੇ ਬਹਾਨੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਸਾਡੇ ਸਹਿਯੋਗੀ ਸਿਧਾਰਥ ਅਰੋੜਾ ਦੇ ਵੱਲੋਂ ਜੋ ਗੱਲਬਾਤ ਕੀਤੀ ਜਾ ਰਹੀ ਸੀ, ਜਿਹੜੇ ਸਾਥੀ ਰਾਜਵਿੰਦਰ ਦੇ ਨਾਲ ਗੱਡੀ ਦੇ ਵਿੱਚ ਸਵਾਰ ਸਨ, ਜੋ ਪ੍ਰਤੱਖ ਦਰਸ਼ੀ ਵੀ ਸਨ, ਉਹਨਾਂ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਕਿ 3 ਹਮਲਾਵਰ ਸਨ ਜੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ। 2 ਹਮਲਾਵਰਾਂ ਦੇ ਕੋਲ ਜਿਹੜੇ ਕਿ ਹਥਿਆਰ ਸਨ, ਪਿਸਤੌਲ ਸਨ, ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ। ਹੱਥ ਮਿਲਾਉਣ ਦੇ ਬਹਾਨੇ ਰਾਜਵਿੰਦਰ ਸਿੰਘ 'ਤੇ ਹਮਲਾ ਕੀਤਾ ਗਿਆ। ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਤਾਂ ਗੰਭੀਰ ਹਾਲਤ ਵਿੱਚ ਉਸ ਦੇ ਬਾਅਦ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ, ਜਿੱਥੇ ਕਿ ਰਾਜਵਿੰਦਰ ਸਿੰਘ ਨੇ ਦਮ ਤੋੜ ਦਿੱਤਾ। ਆਪ ਦਾ ਨੌਜਵਾਨ ਲੀਡਰ ਸੀਗਾ, ਨੌਜਵਾਨ ਆਗੂ ਸੀਗਾ। ਸਾਡੇ ਨਾਲ ਕੈਬਨਿਟ ਮੰਤਰੀ ਰਾਜਜੀਤ ਸਿੰਘ ਭੁੱਲਰ ਵੀ ਜੁੜੇ ਸਨ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸੇ ਹੀ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਮਹਿਲਾ ਸਰਪੰਚ ਚੁਣੇ ਗਏ ਨੇ। ਮਹਿਲਾ ਸਰਪੰਚ ਦੀ ਜੋ ਕਿ ਚੋਣ ਹੋਈ ਹੈ, ਉਹ ਵੀ ਇਸੇ ਧਿਰ ਦੇ ਨਾਲ, ਇਸੇ ਧੜੇ ਦੇ ਨਾਲ ਹੀ ਸੰਬੰਧਿਤ ਸਰਪੰਚ ਜੋ ਚੁਣੇ ਗਏ ਨੇ, ਅਤੇ ਆਪ ਲੀਡਰ ਰਾਜਵਿੰਦਰ ਸਿੰਘ ਜਿਹੜਾ ਕਿ ਆਪਦੇ ਨਾਲ ਹੀ ਸੰਬੰਧ ਰੱਖਦਾ ਸੀ, ਆਪ ਦਾ ਲੀਡਰ ਸੀ, ਨੌਜਵਾਨ ਆਗੂ ਸੀਗਾ, ਜਿਸਦਾ ਕਿ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਪੁਲਿਸ ਦੇ ਵੱਡੇ ਅਧਿਕਾਰੀ ਜੋ ਕਿ ਪਹੁੰਚੇ ਹੋਏ ਨੇ, ਹਰ ਐਂਗਲ ਤੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜਦੋਂ ਅਧਿਕਾਰੀਕ ਬਿਆਨ ਪੁਲਿਸ ਦਾ ਸਾਹਮਣੇ ਆਵੇਗਾ, ਤਾਂ ਉਸ ਤੋਂ ਬਾਅਦ ਹੋਰ ਵੀ ਸਥਿਤੀ ਪੂਰੀ ਘਟਨਾ ਨੂੰ ਲੈ ਕੇ, ਪੂਰੀ ਵਾਰਦਾਤ ਨੂੰ ਲੈ ਕੇ ਸਪਸ਼ਟ ਹੋਵੇਗੀ। ਫਿਲਹਾਲ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜਿਨ੍ਹਾਂ ਦੇ ਵੱਲੋਂ, ਜਿਹੜੇ 3 ਹਮਲਾਵਰਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਆਖਿਰਕਾਰ ਉਹ ਬਦਮਾਸ਼, ਉਹ ਹਮਲਾਵਰ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ। ਲਗਾਤਾਰ ਹਾਲਾਂਕਿ ਉਹਨਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਪੂਰੀ ਘਟਨਾ ਦੀ, ਪੂਰੀ ਵਾਰਦਾਤ ਦੀ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ।
ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਬਲਾਕ ਚ ਆਉਂਦੇ ਆ ਹੈਲੋ ਕੀਤੀ ਆ, ਨਾਲ ਹੀ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਿੰਨਾ ਨੇ ਕੁਛ ਪਤਾ ਲੱਗਾ ਕਿੰਨੇ ਕੁ ਜਾਣੇ ਸਵਾਰ ਸੀ? ਤਿੰਨ ਜਾਣੇ ਮੋਟਰਸਾਈਕਲ ਦੇ ਸੀ, ਦੋ ਜਾਣਿਆਂ ਕੋਈ ਵੈਪਨ ਸੀ, ਉਹਨਾਂ ਨੇ ਅਰੈਸਟ ਕੀਤਾ ਉਹਨਾਂ ਨੂੰ, ਤੇ ਇੱਕ ਇਹਨਾਂ ਮੋਟਰਸਾਈਕਲ ਦੇ ਸੀ। ਤਿੰਨ ਕੁ ਸਾਲ ਤੋਂ ਜੁੜਿਆ ਸੀ, ਮਹਿਲਾ ਸਰਪੰਚ ਬਣਾਇਆ। ਹਾਂਜੀ, ਮਹਿਲਾ ਸਰਪੰਚ ਸੀ ਇਹਨਾਂ ਦੇ ਪਿੰਡ ਤੋਂ। ਹਾਂਜੀ ਵੀਰ, ਹਾਂਜੀ ਇੱਕ ਬੇਟੀ ਆ ਜੀ। ਤਾਂ ਵੱਡੀ ਖਬਰ ਜੁੜੀ ਹੋਈ ਹੈ ਤਰਨ ਤਾਰਨ ਦੇ ਪੱਟੀ ਦੇ ਨਾਲ, ਜਿੱਥੇ ਕਿ ਸ਼ਰੇਆਮ ਆਪ ਲੀਡਰ ਰਾਜਵਿੰਦਰ ਸਿੰਘ ਦਾ ਜੋ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਫਿਲਹਾਲ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਵਿਚਾਲੇ ਰੋਕ ਕਰਾਂਗੇ ਅਗਲੀ ਵੱਡੀ ਖਬਰ ਦਾ। ਫਰਾਰ ਚੱਲ ਰਹੇ ਗੈਂਗਸਟਰ ਸਿਮਾ ਬੈਬਲ ਨੂੰ ਐਨਕਾਊਂਟਰ ਦਾ ਡਰ ਸਤਾ ਰਿਹਾ। ਗੈਂਗਸਟਰ ਦੇ ਪਿਤਾ ਨੂੰ ਵੀਡੀਓ ਕਾਲ ਕਰਕੇ ਕਿਹਾ ਕਿ ਪੁਲਿਸ ਮੇਰਾ ਐਨਕਾਊਂਟਰ ਕਰੇਗੀ, ਮੈਂ ਪਿੰਡ ਦੇ ਕਿਸੇ ਸ਼ਖਸ ਨੂੰ ਧਮਕੀ ਨਹੀਂ ਦਿੱਤੀ। ਗੈਂਗਸਟਰ ਦੇ ਵੱਲੋਂ ਇਹ ਵੀ ਸਫਾਈ ਦੇ ਵਿੱਚ ਕਿਹਾ ਗਿਆ, ਉਸਦਾ ਕਹਿਣਾ ਕਿ ਮੈਂ ਕਿਸੇ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ, ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਦਰਅਸਲ ਪਿੰਡ ਬਹਿਬਲ ਕਲਾਂ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਕਿਸੇ ਦੇ ਵੱਲੋਂ ਵੀ ਨਾਮਜ਼ਦਗੀ ਨਹੀਂ ਭਰੀ ਗਈ। ਇਲਜ਼ਾਮ ਨੇ ਕਿ ਗੈਂਗਸਟਰ ਸਿਮਾ ਬਹਿਬਲ ਦੀ ਧਮਕੀ ਕਾਰਨ ਕਿਸੇ ਨੇ ਪਰਚਾ ਨਹੀਂ ਭਰਿਆ। ਗੈਂਗਸਟਰ 'ਤੇ ਉਮੀਦਵਾਰਾਂ ਨੂੰ ਧਮਕੀ ਦੇਣ ਦੇ ਇਲਜ਼ਾਮ ਲੱਗੇ ਸਨ, ਜਿਸ ਨੂੰ ਗੈਂਗਸਟਰ ਅਤੇ ਉਸਦੇ ਪਿਤਾ ਨਕਾਰ ਰਹੇ ਨੇ। ਕਿਉਂਕਿ ਕੱਲ੍ਹ ਹਾਲਾਂਕਿ ਜੋ ਇਹ ਖਬਰ ਸਾਹਮਣੇ ਆਈ ਸੀ, ਕੱਲ੍ਹ ਪੁਲਿਸ ਦੇ ਵੱਲੋਂ ਅਧਿਕਾਰੀ ਜੋ ਕਿ ਬਿਆਨ ਦਿੱਤਾ ਗਿਆ ਕਿ ਗੈਂਗਸਟਰ ਆਪਣੇ ਪਿਤਾ ਨੂੰ ਜੋ ਕਿ ਸਰਪੰਚ ਬਣਾਉਣਾ ਚਾਹੁੰਦਾ, ਇਸ ਦੇ ਚੱਲਦਿਆਂ ਉਸਦੇ ਵੱਲੋਂ ਪਿੰਡ ਵਾਸੀਆਂ ਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਜੇਕਰ ਕਿਸੇ ਨੇ ਕੋਈ ਕਾਗਜ਼ ਭਰਿਆ, ਨਾਮਜ਼ਦਗੀ ਦਾਖਲ ਕੀਤੀ ਤਾਂ ਫਿਰ ਉਸਦਾ ਅੰਜਾਮ ਭੁਗਤਣਾ ਪਵੇਗਾ। ਅਤੇ ਇਸ ਦੇ ਚੱਲਦਿਆਂ ਜਦੋਂ ਫਾਈਨਲ ਅੰਕੜਾ ਸਾਹਮਣੇ ਆਉਂਦਾ ਤਾਂ ਬਹਿਬਲ ਕਲਾਂ ਪਿੰਡ ਤੋਂ ਕਿਸੇ ਦੇ ਵੱਲੋਂ ਵੀ ਕਿਸੇ ਪਿੰਡ ਵਾਸੀ ਦੇ ਵੱਲੋਂ ਵੀ ਸਰਪੰਚ ਨੂੰ ਲੈ ਕੇ ਜਾਂ ਪੰਚ ਨੂੰ ਲੈ ਕੇ ਕੋਈ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਗਿਆ। ਤਾਂ ਇਸ ਦੇ ਵਿਚਾਲੇ ਸਿੱਧੇ ਤੌਰ 'ਤੇ ਜਿਸ ਗੈਂਗਸਟਰ 'ਤੇ ਇਹ ਇਲਜ਼ਾਮ ਲੱਗੇ, ਧਮਕਾਉਣ ਦੇ ਇਲਜ਼ਾਮ ਲੱਗੇ, ਤਾਂ ਉਸ ਗੈਂਗਸਟਰ ਨੂੰ ਹੁਣ ਐਨਕਾਊਂਟਰ ਦਾ ਡਰ ਸਤਾ ਰਿਹਾ। ਗੈਂਗਸਟਰ ਨੇ ਪਿਤਾ ਨੂੰ ਵੀਡੀਓ ਕਾਲ ਕੀਤੀ ਹੈ, ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆਪਣੇ ਪਿਤਾ ਨੂੰ, ਜਿਸ ਦੇ ਵੱਲੋਂ ਵੀਡੀਓ ਕਾਲ ਕੀਤੀ ਜਾ ਰਹੀ ਹੈ। ਵੀਡੀਓ ਕਾਲ ਕਰਦੇ ਹੋਏ ਗੈਂਗਸਟਰ ਕਹਿੰਦਾ ਹੈ ਕਿ ਪੁਲਿਸ ਮੇਰਾ ਐਨਕਾਊਂਟਰ ਕਰੇਗੀ, ਮੈਂ ਪਿੰਡ ਦੇ ਕਿਸੇ ਵੀ ਸ਼ਖਸ ਨੂੰ ਧਮਕੀ ਨਹੀਂ ਦਿੱਤੀ, ਮੈਂ ਕਿਸੇ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ, ਮੇਰੇ 'ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ। ਸਿੱਧੇ ਤੌਰ 'ਤੇ ਜੋ ਇਲਜ਼ਾਮ ਲੱਗ ਰਹੇ ਨੇ, ਇਲਜ਼ਾਮਾਂ ਨੂੰ ਰੱਦ ਕਰਦਾ ਹੋਇਆ ਗੈਂਗਸਟਰ ਸਿਮਾ ਨਜ਼ਰ ਆ ਰਿਹਾ। ਬਕਾਇਦਾ ਪਿਤਾ ਨੂੰ ਵੀਡੀਓ ਕਾਲ ਕੀਤੀ ਜਾਂਦੀ ਹੈ, ਵੀਡੀਓ ਕਾਲ ਕਰਕੇ ਆਪਣੀ ਸਫਾਈ ਵੀ ਦਿੱਤੀ ਜਾਂਦੀ ਹੈ, ਅਤੇ ਨਾਲ ਹੀ ਸਿੱਧੇ ਤੌਰ 'ਤੇ ਡਰ ਵੀ ਸਤਾ ਰਿਹਾ ਕਿ ਕਿਤੇ ਪੁਲਿਸ ਐਨਕਾਊਂਟਰ ਨਾ ਕਰ ਦੇਵੇ। ਸਾਡੇ ਪਿੰਡ ਚੋਂ ਇੱਕ ਇੱਕ ਬੰਦੇ ਤੋਂ ਤਫਤੀਸ਼ ਕੀਤੀ ਜਾ ਸਕਦੀ ਆ ਵੀ ਜੇ ਅਸੀਂ ਕਿਸੇ ਨਾਲ ਧੱਕਾ ਜਾਂ ਕੁਛ ਵੀ ਕੀਤਾ ਸਾਡੇ ਸਾਰੇ ਪਿੰਡ ਨੇ। ਅਸੀਂ ਉਸ ਦਿਨ ਤੋਂ ਹੀ ਪਿੰਡ ਦੇ ਵਿੱਚੋਂ, ਨਾ ਬੇਟਾ ਮੇਰਾ ਹਰਸਿਮਰਦੀਪ ਸਿੰਘ, ਮੇਰੇ 7 ਵਜੇ ਉਸ ਦਿਨ ਹੀ ਪੁਲਿਸ ਵਾਲੇ ਜਦੋਂ ਮੈਨੂੰ ਫੜਨ ਲੱਗੇ, ਪੁਲਿਸ ਵਾਲਿਆਂ ਨੂੰ ਧੱਕਾ ਮੁੱਕੀ ਹੋਈ, ਮੈਂ ਭੱਜਣ ਲੱਗਿਆ ਤਾਂ ਡਿੱਗ ਪਿਆ, ਵਜਨ ਮੇਰਾ ਜ਼ਿਆਦਾ ਸੀ, ਮੇਰਾ ਗਿੱਟਾ ਟੁੱਟ ਗਿਆ। ਉਸ ਦਿਨ ਤੋਂ ਮੈਂ ਦਾਖਲ ਹਾਂ, ਨਾ ਮੇਰੇ ਬੇਟੇ ਨੇ ਕਿਸੇ ਨੂੰ ਦਾਕਾ ਮਾਰਿਆ, ਕਿਸੇ ਪਿੰਡ 'ਚੋਂ ਜਾ ਕੇ ਤਫਤੀਸ਼ ਕੀਤੀ ਜਾ ਸਕਦੀ ਹੈ। ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ, ਸਾਡੇ ਪਿੰਡ ਵਿੱਚ ਇਕੱਠ ਹੋਇਆ, ਇਕੱਠ ਕਰਕੇ ਮੈਨੂੰ ਸਰਪੰਚ ਸਰਬਸੰਮਤੀ ਨਾਲ ਚੁਣਿਆ ਗਿਆ।
ਸਰਬਸੰਮਤੀ ਨਾਲ 9 ਮੈਂਬਰ ਚੁਣੇ ਗਏ। ਰੁੱਖ ਕਰਾਂਗੇ ਅਗਲੀ ਖਬਰ ਦਾ। ਸੀਐਮ ਮਾਨ ਦੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਬਣੀ ਪੰਚਾਇਤ। ਸੰਗਰੂਰ ਦੇ ਪਿੰਡ ਸਤੌਜ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ। ਸੀਐਮ ਨੇ ਕੁਝ ਦਿਨ ਪਹਿਲਾਂ ਪਿੰਡ ਪਹੁੰਚ ਕੇ ਦਰਅਸਲ ਸਰਬਸੰਮਤੀ ਕਰਨ ਦੀ ਅਪੀਲ ਕੀਤੀ ਸੀ। ਹਰਬੰਸ ਸਿੰਘ ਹੈਪੀ ਚੁਣੇ ਗਏ ਨੇ ਪਿੰਡ ਦੇ ਸਰਪੰਚ। ਦੋ ਉਮੀਦਵਾਰਾਂ ਨੇ ਨਾਮਜ਼ਦਗੀ ਵਾਪਸ ਲੈ ਲਈ ਹੈ ਅਤੇ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਦਾ ਪਿੰਡ ਦੇ ਵਿੱਚ ਅਸਰ ਵੀ ਨਜ਼ਰ ਆਇਆ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਪਿੰਡ ਹੈ ਸਤੌਜ। ਪਿਛਲੇ ਦਿਨੀ ਸਤੌਜ ਪਿੰਡ ਦੇ ਵਿੱਚ ਜਾ ਕੇ ਮੁੱਖ ਮੰਤਰੀ ਮਾਨ ਦੇ ਵੱਲੋਂ ਪਿੰਡ ਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਉਹ ਕਿਸੇ ਤਰ੍ਹਾਂ ਦੀ ਵੋਟਿੰਗ ਨਹੀਂ ਚਾਹੁੰਦੇ, ਇਸ ਕਰਕੇ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਵੇ, ਕਿਉਂਕਿ ਸਰਬਸੰਮਤੀ ਨਾਲ ਜੇਕਰ ਸਰਪੰਚ ਚੁਣਿਆ ਜਾਂਦਾ ਤਾਂ ਫਿਰ ਸਰਕਾਰ ਦੇ ਵੱਲੋਂ ਵੀ 5 ਲੱਖ ਰੁਪਏ ਦਿੱਤੇ ਜਾਂਦੇ ਨੇ ਅਤੇ ਉਸਦਾ ਅਸਰ ਵੀ ਨਜ਼ਰ ਆਇਆ। ਸੀਐਮ ਮਾਨ ਦੇ ਪਿੰਡ ਸਤੌਜ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਦੀ ਚੋਣ ਕਰ ਲਈ ਗਈ ਹੈ। ਸੰਗਰੂਰ ਦੇ ਪਿੰਡ ਸਤੌਜ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ, ਕਿਉਂਕਿ ਸੀਐਮ ਨੇ ਕੁਝ ਦਿਨ ਪਹਿਲਾਂ ਪਿੰਡ ਪਹੁੰਚ ਕੇ ਸਰਬਸੰਮਤੀ ਦੀ ਅਪੀਲ ਕੀਤੀ ਸੀ। ਹਰਬੰਸ ਸਿੰਘ ਹੈਪੀ ਪਿੰਡ ਦੇ ਸਰਪੰਚ ਚੁਣੇ ਗਏ ਨੇ। ਦੋ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ। ਪਿੰਡ ਦੀ ਸਮੁੱਚੀ ਸੰਗਤ ਨੇ ਪਿੰਡ ਸਤੌਜ ਦੀ ਸਰਪੰਚੀ ਵਾਸਤੇ ਮੈਨੂੰ ਫਤਵਾ ਦੇ ਕੇ ਪਿੰਡ ਦਾ ਸਰਪੰਚ ਬਣਾਇਆ। ਮੈਂ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਜੋ ਸਾਡੇ ਕੈਂਡੀਡੇਟ ਸੀ ਦੋ, ਉਹਨਾਂ ਨੇ ਸਾਨੂੰ ਅੱਜ ਵਿਸ਼ਵਾਸ ਦੇ ਕੇ ਮੇਰੇ ਹੱਕ ਦੇ ਵਿੱਚ ਅਤੇ ਕਾਗਜ਼ ਚੱਕੇ ਨੇਗੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਬਾਕੀ ਸਾਰੇ ਸਾਡੇ 7-8 ਜਿਹੜੇ ਮੈਂਬਰ ਨੇ ਉਹ ਵੀ ਸਰਬਸੰਮਤੀ ਨਾਲ ਚੁਣੇ ਗਏ ਨੇ, ਇੱਕ ਦੋ ਰਹਿੰਦੇ ਨੇ ਉਹ ਵੀ ਚੁਣੇ, ਥੋੜ੍ਹੇ ਟਾਈਮ ਤੱਕ ਚੁਣੇ ਜਾਣਗੇ। ਅਸੀਂ ਸਾਰੇ ਨਗਰ ਵੱਲੋਂ ਤੁਸੀਂ ਸਾਹਿਬ ਦੀ ਅਪੀਲ ਜੀ ਉਹਨੂੰ ਮੰਨਦੇ ਹੋਏ ਪਿੰਡ ਦੇ ਵਿੱਚ ਸਰਬਸੰਮਤੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ। ਰੁੱਖ ਕਰਾਂਗੇ ਅਗਲੀ ਖਬਰ ਦਾ। ਨਾਮਜ਼ਦਗੀਆਂ ਵਾਪਸ ਅਤੇ ਚੋਣ ਨਿਸ਼ਾਨ ਲੈਣ ਦੇ ਲਈ ਹੁਣ ਭੀੜ ਲੱਗੀ ਹੈ। ਰਾਜਪੁਰਾ ਦੇ PIT ਬਾਹਰ ਲੋਕਾਂ ਦੀ ਭੀੜ ਲੱਗੀ ਹੈ। ਕਾਗਜ਼ ਵਾਪਸੀ ਦੀ ਅੱਜ ਆਖਰੀ ਤਰੀਕ ਹੈ। ਚੋਣ ਨਿਸ਼ਾਨ ਲੈਣ ਦੇ ਲਈ ਲੋਕ ਹੁਣ ਪਰੇਸ਼ਾਨ ਹੋ ਰਹੇ ਨੇ। 4 ਅਕਤੂਬਰ ਨੂੰ ਪੰਚਾਇਤ ਦੇ ਲਈ ਕਾਗਜ਼ ਭਰੇ ਗਏ ਸੀ। 15 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਨਾਮਜ਼ਦਗੀਆਂ ਵਾਪਸ ਜੋ ਕਿ ਲੈ ਲਈਆਂ ਗਈਆਂ। ਅਤੇ ਹੁਣ ਚੋਣ ਨਿਸ਼ਾਨ ਲੈਣ ਦੇ ਲਈ ਜਿਹੜੀ ਕਿ ਭੀੜ ਲੱਗੀ ਹੋਈ ਹੈ, ਤਸਵੀਰਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ। ਇੱਥੇ ਇੱਕ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਕਾਗਜ਼ ਵਾਪਸੀ ਦੀ ਅੱਜ, ਕਿਉਂਕਿ ਆਖਰੀ ਤਰੀਕ ਹੈ ਅਤੇ ਚੋਣ ਨਿਸ਼ਾਨ ਲੈਣ ਦੇ ਲਈ ਹੁਣ ਲੋਕ ਪਰੇਸ਼ਾਨ ਵੀ ਹੋ ਰਹੇ ਨੇ, ਲੋਕਾਂ ਨੂੰ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਵੱਡੀ ਗਿਣਤੀ ਵਿੱਚ ਤਸਵੀਰਾਂ ਦੇ ਵਿੱਚ ਮਹਿਲਾਵਾਂ ਵੀ ਵੇਖੀਆਂ ਜਾ ਸਕਦੀਆਂ ਨੇ। 4 ਅਕਤੂਬਰ ਨੂੰ ਦਰਅਸਲ ਪੰਚਾਇਤ ਦੇ ਲਈ ਜਿਹੜੇ ਕਿ ਕਾਗਜ਼ ਭਰਨ ਦੀ ਆਖਰੀ ਤਾਰੀਖ ਸੀ, ਉਸ ਤੋਂ ਬਾਅਦ 'ਚ ਨਾਮਜ਼ਦਗੀਆਂ ਵਾਪਸ ਲੈਣ ਦੀ ਜੋ ਕਿ ਅੱਜ ਆਖਰੀ ਤਾਰੀਖ ਹੈ। ਅਤੇ ਹੁਣ ਵਾਰੀ ਹੈ ਚੋਣ ਨਿਸ਼ਾਨ ਲੈਣ ਦੇ ਲਈ, ਜਿਸ ਵਾਸਤੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਨੇ ਅਤੇ ਇਸ ਦੇ ਵਿਚਾਲੇ ਲੋਕਾਂ ਨੂੰ ਹਾਲਾਂਕਿ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਕਿੰਨੀ ਕੁ ਦੇਰ ਦੇ ਖੜੇ ਸਰ? ਅਸੀਂ ਉਰੇ 9 ਵਜੇ ਦੇ ਖੜੇ ਆ, ਅਜੇ ਤੇ ਕਿਸੇ ਨੇ ਗੇਟ ਨਹੀਂ ਖੋਲਿਆ, ਨਾ ਕੋਈ ਇੱਥੇ ਪ੍ਰਸ਼ਾਸਨ ਆ ਕਿਸੇ ਦੀ ਸੁੱਧ ਬੁੱਧ ਲੈ ਰਿਹਾ। ਇੱਥੇ ਲੋਕ ਅਤੇ ਬੀਬੀਆਂ ਦੇਖ ਲਓ, ਉੱਧਰ ਨੂੰ ਘੁਮਾ ਲਓ, ਬੀਬੀਆਂ ਧੁੱਪ 'ਚ ਖੜੀਆਂ ਆ। ਕੋਈ ਸਰਕਾਰ ਕਿਸੇ ਦੀ, ਕੋਈ ਉਰੇ ਪਾਣੀ ਦਾ ਨਹੀਂ, ਕੋਈ ਉਰੇ ਟੈਂਟ ਦਾ ਨਹੀਂ, ਕੁਛ ਨਹੀਂ ਹੈਗਾ। ਦੇਖੋ ਜੀ, ਇੱਥੇ ਮਿਊਨਸੀਪਲ ਕਮੇਟੀ ਬਿਲਕੁਲ ਨਾਲ ਹੈ, ਉਹਨਾਂ ਵੱਲੋਂ ਵੀ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਹੈ, ਨਾ ਕੋਈ ਜਾਂਦਾ। ਅੰਦਰ ਇੰਨਾ ਵੱਡਾ ਗਰਾਊਂਡ ਹੈ, ਤੁਸੀਂ ਜਦੋਂ ਵੀ ਤੁਹਾਨੂੰ ਕਾਗਜ਼ ਦੇਣੇ ਆ ਸਾਡੇ ਦੇ ਦਿਓ, ਪਰ ਅੰਦਰ ਤਾਂ ਜਾ ਕੇ